ਜ਼ਿਆਦਾਤਰ ਨੌਜਵਾਨਾਂ ਵੱਲੋਂ ਆਪਣੇ ਮਾਪਿਆਂ ਤੋਂ ਲਏ ਗਏ ਜੇਬ ਖਰਚ ਨੂੰ ਫਜ਼ੂਲ ਖਰਚੀ ਵਿੱਚ ਉਡਾਇਆ ਜਾਂਦਾ ਹੈ, ਪਰ ਬਠਿੰਡਾ ਦੇ ਨੌਜਵਾਨ ਕਾਲਜ ਦੇ ਵਿਦਿਆਰਥੀ ਭੈਣ ਭਰਾ ਖੁਸ਼ਬੂ ਅਤੇ ਹਿਤੇਸ਼ ਨੇ ਆਪਣੀ ਜੇਬ ਖਰਚ ਨੂੰ 1 ਸਾਲ ਤੋਂ ਗੋਲਕ 'ਚ ਜਮ੍ਹਾਂ ਕੀਤਾ ਸੀ ਅਤੇ ਚੱਲ ਰਹੀ ਇਸ ਮਹਾਮਾਰੀ ਦੇ ਦੌਰ 'ਚ ਉਹਨਾਂ ਆਪਣੀ ਗੋਲਕ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਖੋਲ੍ਹੇ ਗਏ ਫ੍ਰੀ ਕੋਵਿਡ ਸੈਂਟਰ ਦੇ ਇੰਚਾਰਜ ਜੈਜੀਤ ਜੌਹਲ ਨੂੰ ਭੇਂਟ ਕੀਤੀ। ਇਹਨਾਂ ਦੋਵਾਂ ਭੈਣ ਭਰਾਵਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਪੈਸਿਆਂ ਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਕਰੋਨਾ ਮਹਾਮਾਰੀ ਤੋਂ ਪੀੜਿਤ ਮਰੀਜ਼ਾਂ ਦੀ ਸਹਾਇਤਾ ਲਈ ਭੇਂਟ ਕਰਨ, ਤਾਂ ਜੋ ਲੋੜਵੰਦ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਸਕੇ ਅਤੇ ਪੰਜਾਬ ਵਿੱਚੋਂ ਜਲਦ ਇਸ ਮਹਾਮਾਰੀ ਦਾ ਖਾਤਮਾ ਹੋਵੇ ਅਤੇ ਸਕੂਲ ਕਾਲਜ ਮੁੜ ਤੋਂ ਖੁੱਲ੍ਹ ਸਕਣ ਅਤੇ ਵਿਦਿਆਰਥੀ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖ ਸਕਣ। ਟ੍ਰੀਟਮੈਂਟ ਉਹ ਆਉਂਦੀ ਨੇ ਅਤੇ ਉਹਨਾਂ ਦੇ ਇੱਥੇ ਫ੍ਰੀ ਟ੍ਰੀਟਮੈਂਟ ਹੁੰਦਾ ਅਤੇ ਫਿਰ ਅਸੀਂ ਸੋਚਿਆ ਵੀ ਇਸ ਮਨੀ ਨੂੰ ਯੂਜ਼ ਕਰਨ ਦਾ ਇਸ ਤੋਂ ਵਧੀਆ ਕੀ ਤਰੀਕਾ ਹੋ ਸਕਦਾ ਇਸ ਟਾਈਮ 'ਚ ਉਹਨਾਂ ਦੀ ਹੈਲਪ ਕਰਨ ਨਾਲੋਂ, ਜੋ ਲੋਕ ਅਫੋਰਡ ਨਹੀਂ ਕਰ ਪਾ ਰਹੇ ਅਤੇ ਇਸ ਬਿਮਾਰੀ ਨਾਲ ਸਟਰਗਲ ਕਰ ਰਹੇ ਨੇ, ਅਤੇ ਇਸ ਲਈ ਅਸੀਂ ਆਪਣਾ ਪ੍ਰੋਫਿਟ ਨਾਲ ਇੱਥੇ ਦਿੰਦੇ। ਮੇਰੇ ਕੋਲ ਕੱਲਾ ਇਹ ਨਹੀਂ, ਇਹਨਾਂ ਦਾ ਇਹ ਜਜ਼ਬਾ ਨਹੀਂ, ਦੋਨੋਂ ਹੀ ਬੱਚੇ ਟੈਲੈਂਟਡ ਹੈ। ਇਹ ਖੁਸ਼ਬੂ ਆਈ ਆਈ ਟੀ ਬੇਟਾ ਪਾਮਸੀ ਕਰ ਰਿਹਾ ਦੇਸ਼ ਤੋਂ, ਐਂਡ ਤੁਸੀਂ ਇਹ ਦੇਖੋ ਕਿ ਕਿੰਨੀ ਵੱਡੀ ਸੋਚ ਹੈ ਜਿਹੜੀ ਮੇਰੇ ਖਿਆਲ ਸੋਚ ਆਪਣੇ 'ਚ ਵੀ ਨਹੀਂ ਹੋਣੀ ਕਿ ਆਪਾਂ ਬਾਹਰ ਨਹੀਂ ਖਾਣਾ, ਆਪਾਂ ਕੋਵਿਡ ਵਾਸਤੇ ਇਹ ਕਰਨਾ। ਬੇਟਾ ਤੁਸੀਂ ਦਿਸ ਇਜ਼ ਅ ਵੈਰੀ ਬਿਗ ਸਟੈਪ, ਇਹ ਜਿਹੜੀ ਤੁਸੀਂ ਇੱਥੇ ਪੇਸ਼ੈਂਟਸ ਵੀ ਦੇ ਕੇ ਜਾ ਰਹੇ ਹੋ, ਮੇਰੇ ਖਿਆਲ ਇਹਨੂੰ ਤਾਂ ਅਸੀਂ ਇੱਕ ਤਰ੍ਹਾਂ ਦਾ ਮੰਦਰ ਜਾਂ ਰੱਖਾਂਗੇ, ਇਹ ਸੇਵਿੰਗ ਐਂ ਰੱਖਣੀ ਹੈ ਕਿ ਵੀ ਸ਼ੁੱਡ ਬੀ ਮੋਟੀਵੇਟਡ ਬਾਏ ਦੈਟ। ਅਤੇ ਬੇਟਾ ਬਲੈਸ ਯੂ, ਯੂਨੋ ਯੂ ਆਰ ਸ਼ੋਅ, ਮਤਲਬ ਯੂ ਆਰ ਦਾ ਸ਼ਾਈਨਿੰਗ ਸਟਾਰਸ ਆਫ ਬਠਿੰਡਾ, ਬੋਥ ਆਫ ਯੂ, ਥੈਂਕ ਯੂ ਸੋ ਮਚ। ਅਸੀਂ ਕਰ ਇਨਕੇ ਕਾਲਜ ਸਟੂਡੈਂਟਸ ਹੈ, ਮੇਰਾ ਹੁਣ ਫਾਈਨਲ ਈਅਰ ਕੰਪਲੀਟ ਹੋਇਆ ਬੀਟੈਕ ਦਾ ਅਤੇ ਮੇਰਾ ਬ੍ਰਦਰ ਗ੍ਰੈਜੂਏਸ਼ਨ 'ਚ ਹੈ। ਇਹ ਸਾਡੀਆਂ ਪਿਛਲੇ 1-1.5 ਸਾਲ ਦੀਆਂ ਸੇਵਿੰਗ ਸੀ, ਜਦੋਂ ਦਾ ਕੋਰੋਨਾ ਫੈਲਿਆ ਸਾਨੂੰ ਜਿਹੜੀ ਪੋਕਿਟ ਮਨੀ ਮਿਲਦੀ ਸੀ ਉਹ ਅਸੀਂ ਕਿਤੇ ਸਪੈਂਡ ਤਾਂ ਕਰ ਨਹੀਂ ਪਾਏ ਕਿਉਂਕਿ ਕੋਵਿਡ ਕਰਕੇ ਨਾ ਤਾਂ ਸੇਫ ਸੀ ਅਤੇ ਨਾ ਹੀ ਕੋਈ ਸਹੀ ਜਗ੍ਹਾ ਸੀ ਜਿੱਥੇ ਪੈਸੇ ਖਰਚ ਹੋ ਸਕਦੇ, ਤਾਂ ਹੁਣ ਸਾਡੇ ਕੋਲ ਕਾਫੀ ਸੇਵਿੰਗਸ ਹੋ ਗਿਆ ਸੀ ਅਤੇ ਅਸੀਂ ਰੋਜ਼ ਦੇਖਦੇ ਸੀ ਵੀ ਜੋਹਲ ਅੰਕਲ ਦੇ ਪੋਸਟ ਦੇ ਥਰੂ ਵੀ ਇੱਥੇ ਕੋਵਿਡ ਸੈਂਟਰ ਖੁੱਲ੍ਹਿਆ ਜਿੱਥੇ ਫ੍ਰੀ ਆਫ ਕੋਸਟ ਲੋਕਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਜੋ ਇਸ ਟ੍ਰੀਟਮੈਂਟ ਨੂੰ ਅਫੋਰਡ ਨਹੀਂ ਕਰ ਸਕਦੇ। ਅਤੇ ਫਿਰ ਅਸੀਂ ਸੋਚਿਆ ਵੀ ਜਿਹੜਾ ਸਾਡੇ ਕੋਲ ਮਨੀ ਹੈ ਇਸ ਟਾਈਮ 'ਤੇ ਉਹਦਾ ਇਸ ਤੋਂ ਬੈਟਰ ਯੂਜ਼ ਕੀ ਹੋ ਸਕਦਾ, ਅਤੇ ਜੇ ਅਸੀਂ ਇਹਨੂੰ ਸਹੀ ਤਰ੍ਹਾਂ ਜਗ੍ਹਾ 'ਤੇ ਖਰਚ ਕਰਾਂਗੇ ਤਾਂ ਅਸੀਂ ਜਲਦੀ ਜਲਦੀ ਕੋਰੋਨਾ ਨੂੰ ਹਰਾਵਾਂਗੇ ਅਤੇ ਫਿਰ ਸਾਡੀ ਲਾਈਫ ਨੋਰਮਲ ਹੋਊਗੀ, ਅਸੀਂ ਦੁਬਾਰਾ ਆਪਦੇ ਕਾਲਜਿਸ 'ਚ ਜਾ ਸਕਾਂਗੇ, ਆਪਦੀ ਸਟੱਡੀਜ਼ ਕੰਟੀਨਿਊ ਕਰ ਸਕਾਂਗੇ। ਬਸ ਅਸੀਂ ਇਹੀ ਕਹਿਣਾ ਚਾਹਵਾਂਗੇ ਵੀ ਪਿਛਲੇ 1 ਸਾਲ 'ਚ ਇਹ ਈਅਰ ਸਭ ਤੋਂ ਬਹੁਤ ਜ਼ਿਆਦਾ ਭਾਰੀ ਰਿਹਾ ਅਤੇ ਜਿਹੜੇ ਵੀ ਸਟੂਡੈਂਟਸ ਕੋਲ ਇਨਵੈਸਟਮੈਂਟਸ ਹੈ ਜਾਂ ਉਹਨਾਂ ਦੀ ਸੇਵਿੰਗਸ ਹੁੰਦੀਆਂ ਨੇ ਅਤੇ ਉਹ ਜਿਹੜੇ ਉਹ ਖਰਚ ਨਹੀਂ ਸਕੇ ਅਤੇ ਉਹਨਾਂ ਕੋਲ ਪੈਸੇ ਬਚ ਗਏ ਨੇ ਅਤੇ ਉਹ ਉਹਨਾਂ ਨੂੰ ਇਹੋ ਜਿਹੇ ਜਗ੍ਹਾ 'ਤੇ ਲਗਾਉਣੇ ਚਾਹੀਦੇ ਆ ਦੂਸਰੇ ਲੋਕਾਂ ਦੀ ਹੈਲਪ ਲਈ ਜਿਹੜੇ ਇਸ ਬਿਮਾਰੀ ਦੀ ਚਪੇਟ 'ਚ ਨੇ ਹਜੇ ਤੱਕ ਸਟਰਗਲ ਕਰ ਰਹੇ ਨੇ ਅਤੇ ਅਫੋਰਡ ਨਹੀਂ ਕਰ ਸਕਦੇ ਜਾਂ ਕਈਆਂ ਦੇ ਬਿਜ਼ਨਸ ਬੰਦ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਆਪਦੇ ਪੇਰੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ ਵੀ ਜੋ ਵੀ ਆਪਦਾ ਮਨੀ ਹੈ ਬੱਚੇ ਨੂੰ ਇਸ ਟਾਈਮ 'ਤੇ ਵੇਸਟ ਨਹੀਂ ਕਰਨਾ ਚਾਹੀਦਾ ਅਤੇ ਯੂਜ਼ ਕਰਨਾ ਚਾਹੀਦਾ, ਜਲਦੀ ਸਭ ਨੋਰਮਲ ਹੋ ਜਾਏਗਾ ਫਿਰ ਕਿਤੇ ਵੀ ਸਪੈਂਡ ਕਰੋ ਆਪਦਾ। ਮੇਰਾ ਨਾਮ ਹਿਤੇਸ਼ ਹੈ, ਮੈਂ ਕਾਲਜ 'ਚ ਪੜ੍ਹ ਰਿਹਾ ਪੋਲੀਟੈਕਨੀਕਲ ਕਾਲਜ 'ਚ। ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਕਿ ਅਸੀਂ ਕਾਫੀ ਟਾਈਮ ਹੋ ਗਿਆ ਘਰ 'ਚ ਕੁਆਰੰਟਾਈਨ ਨੂੰ ਕਿਉਂਕਿ ਇਹ ਕਰੋਨਾ ਚੱਲ ਰਿਹਾ ਬਾਹਰ, ਅਸੀਂ ਕਾਫੀ ਟਾਈਮ ਤੋਂ ਇੱਕ ਸੇਵਿੰਗ ਕਰ ਰਹੇ ਸੀ ਕੁਛ, ਅਸੀਂ ਕਾਲਜ ਵੀ ਨਹੀਂ ਜਾ ਸਕ ਰਹੇ ਜੋ ਕਿ ਸਾਰੇ ਕਾਲਜ ਬੰਦ ਨੇ, ਸਕੂਲ ਬੰਦ ਨੇ, ਅਸੀਂ ਇਹ ਚਾਹੁੰਦੇ ਹਾਂ ਕਿ ਸਭ ਕੁਛ ਜਲਦੀ ਤੋਂ ਜਲਦੀ ਨੋਰਮਲ ਹੋਵੇ ਤਾਂ ਕਿ ਅਸੀਂ ਆਪਦੇ ਕਾਲਜਿਸ ਜਾ ਸਕੀਏ, ਆਪਦੇ ਸਕੂਲ ਜਾ ਸਕਣ ਸਭੀ ਲੋਕ, ਸਭ ਕੁਛ ਨੋਰਮਲ ਹੋਵੇ। ਲੋਕ ਕਾਫੀ ਤੰਗ ਨੇ ਇਸ ਬਿਮਾਰੀ ਤੋਂ, ਅਸੀਂ ਕਾਫੀ ਟਾਈਮ ਤੋਂ ਇੱਕ ਸੇਵਿੰਗਸ ਕਰ ਰਹੇ ਸੀਗੇ, ਅਸੀਂ ਉਹ ਸੇਵਿੰਗਸ ਇੱਧਰ ਉੱਧਰ ਖਰਚਣ ਦੀ ਬਜਾਏ ਅਸੀਂ ਸੋਚਿਆ ਕਿ ਇੱਥੇ ਜੋ ਅੰਕਲ ਸੇਵਾ ਕਰ ਰਹੇ ਨੇ ਕਾਫੀ ਫ੍ਰੀ ਐਨ ਜੀ ਓ ਖੋਲ੍ਹ ਲਿਆ ਉਹਨਾਂ ਨੇ, ਅਸੀਂ ਸੋਚਿਆ ਕਿ ਆਪਦੀ ਉਹ ਜਿਹੜੀ ਸੇਵਿੰਗ ਹੈ ਇੱਧਰ ਉੱਧਰ ਖਰਚੇ ਨਾਲੋਂ ਅਸੀਂ ਇੱਥੇ ਡੋਨੇਟ ਕਰੀਏ ਤਾਂ ਕਿ ਜਲਦੀ ਤੋਂ ਜਲਦੀ ਇਹ ਸਭ ਕੁਛ ਨੋਰਮਲ ਹੋਵੇ ਅਤੇ ਸਾਰੇ ਆਪਦਾ ਕਾਲਜ ਸਕੂਲ ਜਾ ਸਕੀਏ। ਦੇਖੋ ਸਾਡੀ ਬਿੱਟੀਆ ਖੁਸ਼ਬੂ ਅਤੇ ਹਿਤੇਸ਼ ਇਹਨਾਂ ਦੋਨਾਂ ਨੇ ਜਦੋਂ ਮੈਨੂੰ ਇਹਨਾਂ ਨੇ ਆ ਕੇ ਜਦੋਂ ਦੱਸਿਆ ਵੀ ਇਹਨਾਂ ਨੇ ਆਪਦੀ ਸਾਲ ਦੀ ਜਿਹੜੀ ਸੇਵਿੰਗਸ ਹੈ ਆਹ ਦਿਖਾਓ ਬੇਟਾ, ਇਹਨਾਂ ਨੇ ਇਹਦੇ ਵਿੱਚ ਇਕੱਠੀ ਕਰਕੇ ਦਿੱਤੀ ਹੈ ਸਾਨੂੰ 1 ਸਾਲ ਦੀ। ਇਹ ਮੇਰੇ ਖਿਆਲ ਇਹਨਾਂ ਨੇ ਅੱਖਾਂ ਖੋਲ੍ਹਤੀਆਂ ਇਕੱਲੀਆਂ ਸਾਡੀਆਂ ਹੀ ਨਹੀਂ, ਸਾਰੇ ਬਠਿੰਡੇ ਸ਼ਹਿਰ ਦੇ ਬੱਚਿਆਂ ਦੀਆਂ, ਕਿ ਇਹਨਾਂ ਦੀ ਸੋਚ ਦੇਖੋ ਕਿੰਨੀ ਵੱਡੀ ਹੈ।
बेटी कहती कि फालतू का खर्चा कि बाहर चले जाना पिज्जा खा लेना कोई फालतू की शॉपिंग कर लेनी असी उस तो गुरेज किया। असी सोचा भी जो कोविड फ्री सेंटर इतने NGOs ने सरदार मनप्रीत सिंह जी बादल ने जो खोलिया असी ये कोई कॉन्ट्रीब्यूशन करिए मेरा ख्याल है बहुत बड़ा स्टेप है सानू तो असी तो आई थिंक बठिंडा शुड बी प्राउड ऑफ इन्हों बच्चों का माण है बठिंडे को कि ये साड़ी बठिंडे की शान है ये दोनों हर अधे घंटे घंटे बाद इतने कोई ना कोई आ रहा है। तुम NGOs को पुछो इतने समर्पण वाले पांधी साहब भुला जी खड़े हैं इतने तुम पुछो भी हर अधे घंटे बाद कोई ना कोई सज्जन आता है कोई गुप्तदान भी कर रहे हैं इन्हों के आपके फादर ने गुप्तदान किया कहते मेरा नाम नहीं लेना है तो NGOs जो आदि कई उन्होंने कार भरी होंगी कोई मास्क दे रहा कोई सैनिटाइजर दे रहा कोई फ्रूट दे रहा बहुत संस्थावान फ्रूट दे रही हैं कोई रोटी दे रही हैं दवाइया आ रही हैं बड़ा एक उत्साह है। एक NRI ने बाहरों पैसे भेजे असी दो दिन बाद FM साहब उन्होंने नाम दसणगे उन्हें हालांकि यही कहा मेरा गुप्तदान रखे कि मैं बठिंडे का वसनीक है मेरे शहर च एक चंगी गल हो रही है वो तो कहता मेरे वालों आप कॉन्ट्रीब्यूशन है सब स्थाई हो गए जी लैवल टू दे सारे लैवल टू दे बिल्कुल साढ़े को इस वे 48 बैड्स है लैवल टू के पर असी इन हूँ 30 रखा लैवल टू के 10 बैड्स असी लैवल 3 के रखा हाँ जी इनू जे ये लैवल 3 भी साडा ठीक रहा तो NGOs की सलाह नाल FM साहब ने कहा भी इनू 100 बैड करना पा कि जे थर्ड वेव आए अब्बल तो परमात्मा को अरदास करते ना आए तो इनू 100 बैडेड फ्री फैसिलिटी रखा